ਮਾਸ ਬਿਲਕੁਲ ਨਹੀਂ ਖਾਣਾ, ਬਿਲਕੁਲ ਮਾਸ ਨਹੀਂ ਖਾਣਾ। ਜੇ ਮਾਸ ਖਾਓਗੇ ਤੇ ਆਪਣਾ ਮਾਸ ਤੁਹਾਨੂੰ ਖੋਣਾ ਪਏਗਾ। ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਕੋਈ ਕਮਾਈ ਆਈ, ਕਹਿੰਦੀ ਬਾਬਾ ਜੀ ਇਹ ਦੱਸੋ ਮਾਸ ਖਾਣਾ ਚਾਹੀਦਾ ਕਿ ਨਹੀਂ। ਕਹਿੰਦੇ ਮਾਤਾ ਜੇ ਆਪਣਾ ਖਵਾਉਣਾ ਹੀ ਤੇ ਫਿਰ ਖਾ ਲਿਆ ਕਰ। ਜੋ ਕਬੀਰ ਸਾਹਿਬ ਕਹਿੰਦੇ ਨੇ, ਬਾਣੀ ਪੜ੍ਹੋ, ਕਬੀਰ ਖੂਬ ਖਾਣਾ ਖਿਚੜੀ ਜਾਂ ਮੈਂ ਅੰਮ੍ਰਿਤ ਲੋਇਨ। ਖਿਚੜੀ ਦਾ ਭਾਵ ਇਹ ਨਹੀਂ ਵੀ ਖਿਚੜੀ ਖਾਣੀ ਹੈ, ਨਹੀਂ, ਸਾਦਾ ਭੋਜਨ, ਸਾਦਾ ਭੋਜਨ ਖਾਓ, ਬੜਾ ਆਨੰਦ ਹੈ, ਬਿਮਾਰੀਆਂ ਤੋਂ ਬਚ ਜਾਈਦਾ। ਜਿੰਨੇ ਸਵਾਦ ਲਾਓਗੇ ਉਨੇ ਜੇਤੇ ਚਸਕੇ ਜੀਭ ਕੇ ਤੇਤੇ ਤਨ ਮੈਂ ਰੋਗ। ਗੁਰੂ ਗ੍ਰੰਥ ਸਾਹਿਬ ਕਹਿੰਦੇ ਬਹੁ ਸਵਾਦੋਂ ਉਪਜੇ ਰੋਗ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਬਿਮਾਰੀਆਂ ਲੱਗਦੀਆਂ ਬਹੁਤੇ ਸਵਾਦਲੇ ਭੋਜਨ ਖਾ ਕੇ। ਕਬੀਰ ਜੀ ਕਹਿੰਦੇ ਕਬੀਰ ਖੂਬ ਖਾਣਾ ਖਿਚੜੀ ਜਾਂ ਮੈਂ ਅੰਮ੍ਰਿਤ ਲੋਇਨ, ਹੀਰਾ ਰੋਟੀ ਕਾਰਨੇ। ਹੀਰਾ ਕਹਿੰਦੇ ਨੇ ਮਾਸ ਨੂੰ, ਕਹਿੰਦੇ ਉਹ ਪਹਿਲੋਂ ਤੇ ਖਾ ਦੂਜਿਆਂ ਦਾ, ਫਿਰ ਇਹ ਮਨੁੱਖ ਬਣਨਗੇ, ਤੂੰ ਜਾਨਵਰ ਬਣੇਗਾ, ਫਿਰ ਇਹਦੇ ਬਦਲੇ ਤੇਰਾ ਖਾਣਗੇ। ਹੀਰਾ ਰੋਟੀ ਕਾਰਨੇ ਗਲਾ ਕਟਾਵੈ ਕੌਣ। ਕਹਿੰਦੇ ਫਿਰ ਜੋ ਗਲਾ ਕਟਾਉਂਦਾ ਫਿਰੇਗਾ, ਪਰ ਇਹ ਕਹਿੰਦੇ ਹੁਣ ਹੀ ਸੁਧਰ ਜਾ। ਉਹ ਗਲਾ ਕਟਾਵੇਂਗਾ ਮੂਰਖਾ ਖਾਨੇ ਮਾਸ ਬਗਾਨੇ, ਫਿਰ ਗਲਾ ਕਟਾਵੇਂਗਾ ਮੂਰਖਾ ਖਾਨੇ ਮਾਸ ਬਗਾਨੇ। ਜੀ ਕਹਿੰਦੇ ਫਿਰ ਗਲ ਕਟਾਉਣਾ ਪਏਗਾ ਪ੍ਰੇਮੀਆਂ, ਨਾ ਖਾ ਨਾ ਖਾ ਤੇ ਨਾ ਫਿਰ ਖਵਾਉਣਾ ਪਏਗਾ, ਸਾਬ ਹੀ ਨਹੀਂ, ਮੁੱਕ ਗਿਆ ਹੁਣ।